ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰਾ ਨਾਮ ਹੈ ਪਰਮਿੰਦਰ ਅਤੇ ਹੁਣ ਆਪਾਂ ਟੋਪਿਕ ਕਵਰ ਕਰਨ ਲੱਗੇ ਹਾਂ ਜੇਮਸ ਔਗਸਟਸ ਹਿਕੀ ਦਾ। ਇਹਦੇ ਲਈ ਆਪਾਂ ਅਲੱਗ ਅਲੱਗ, ਮੈਂ ਵੈਬਸਾਈਟਸ ਖੋਲ੍ਹਣ ਵਾਲਾ ਅਤੇ ਆਪਾਂ ਸਾਰੀ ਵੈਬਸਾਈਟਸ 'ਚ ਥੋੜ੍ਹਾ ਥੋੜ੍ਹਾ ਕਵਰ ਕਰਾਂਗੇ, ਚੱਕਾਂਗੇ। ਸਭ ਤੋਂ ਪਹਿਲਾਂ ਚੱਲਦੇ ਹਾਂ ਵਿਕੀਪੀਡੀਆ 'ਚ, ਜੋ ਕਿ ਸਭ ਤੋਂ ਮੇਰੀ ਆਈ ਥਿੰਕ ਫੇਵਰੇਟ ਸਾਈਟ ਹੈ, ਠੀਕ ਹੈ। ਉਰੋਂ ਦੀ ਆਪਾਂ ਨੂੰ ਕੀ ਪਤਾ ਲੱਗਦਾ, ਜਿਹੜਾ ਜੇਮਸ ਔਗਸਟਸ ਹਿਕੀ ਹੈ ਉਹ ਆਇਰਿਸ਼ ਤੋਂ ਸੀਗਾ, ਠੀਕ ਹੈ, ਆਇਰਲੈਂਡ ਦਾ ਬੰਦਾ ਸੀ, ਆਇਰਿਸ਼ ਮੈਨ ਸੀਗਾ ਉਹ। ਅਤੇ ਉਹਨੇ ਪਹਿਲਾ ਨਿਊਜ਼ ਪੇਪਰ ਲਾਂਚ ਕੀਤਾ ਸੀਗਾ, ਜਿਹਦਾ ਨਾਮ ਸੀਗਾ ਇੰਡੀਆ ਦਾ ਹਿੱਕੀਜ਼ ਅ ਬੈਂਗਾਲ ਗੈਜ਼ਟ, ਠੀਕ ਹੈ। ਮੇਰਾ ਗਲਾ ਖਰਾਬ ਹੋਊਗਾ ਥੋੜ੍ਹਾ ਜਿਹਾ। ਉਰੋਂ ਦੀ ਆਪਾਂ ਨੂੰ ਥੋੜ੍ਹੀ ਉਹਦੀ ਹਿਸਟਰੀ ਪਤਾ ਲੱਗਦੀ ਹੈ, ਜਿਹੜੀ ਪਤਾ ਕਰਨ ਵਾਲੀ ਹੈ। ਮੈਂ ਤੁਹਾਨੂੰ ਦੱਸ ਦਿੰਦਾ ਉਰੇ ਕੀ ਲਿਖਿਆ, ਤੁਹਾਨੂੰ ਸਾਰਾ ਪੜ੍ਹਨ ਦੀ ਲੋੜ ਨਹੀਂ ਹੈਗੀ। ਇਸ 'ਚ ਮੇਨਲੀ ਇਹ ਲਿਖਿਆ ਹੋਇਆ ਕਿ ਜਿਹੜਾ ਹਿੱਕੀ ਸੀਗਾ ਉਹ ਸੰਨ 1740 ਦੇ ਵਿੱਚ ਪੈਦਾ ਹੋਇਆ ਸੀਗਾ। ਜਿਹੜਾ ਜੇਮਸ ਹਿੱਕੀ ਸੀਗਾ ਉਹ ਪਹਿਣਾ ਸੀਗਾ ਆਇਰਲੈਂਡ ਦਾ, ਪਰ ਬਾਅਦ 'ਚੋਂ ਇੰਡੀਆ ਗਿਆ ਸੀਗਾ। ਇੰਡੀਆ ਜਾ ਕੇ ਉਹਨੇ ਆਪਣਾ ਮਰਚੈਂਡਾਈਜ਼, ਮਤਲਬ ਮਰਚੈਂਟ ਦਾ, ਐਜ਼ ਅ ਮਰਚੈਂਟ ਉਹਨੇ ਆਪਣਾ ਕੰਮ ਸ਼ੁਰੂ ਕੀਤਾ, ਬਿਜ਼ਨਸ ਸ਼ੁਰੂ ਕੀਤਾ। ਬਟ ਬਾਏ 1776 ਜਿਹੜਾ ਉਹਦਾ ਬਿਜ਼ਨਸ ਸੀਗਾ ਉਹ ਫਲੋਪ ਹੋ ਚੁੱਕਿਆ ਸੀਗਾ, ਅਤੇ ਉਹਨੂੰ ਡੈਪਟਰਸ ਪ੍ਰੀਜ਼ਨ ਜਾਣਾ ਪਿਆ ਸੀ। ਡੈਪਟਰ ਪ੍ਰੀਜ਼ਨਸ ਇੱਕ ਤਰ੍ਹਾਂ ਦੀ ਜੇਲ੍ਹ ਹੁੰਦੀ ਸੀਗੀ ਉਹ ਲੋਕਾਂ ਵਾਸਤੇ ਜੋ ਕਿ ਕਰਜ਼ੇ 'ਚ ਨੇ, ਠੀਕ ਹੈ। ਹੁਣ ਨਹੀਂ ਹੁੰਦੀ, ਪਹਿਲਾਂ ਹੁੰਦੀ ਸੀ। ਉਹਨਾਂ ਦਾ ਕੀ ਸਿਸਟਮ ਸੀਗਾ ਜੇਲ੍ਹ ਦਾ ਉਹਦੇ ਬਾਰੇ ਪਤਾ ਕਰਕੇ ਕੋਈ ਫਾਇਦਾ ਨਹੀਂ ਹੈ, ਠੀਕ ਹੈ। ਪਰ ਯਾਦ ਰੱਖਿਓ ਉਹ ਡੈਪਟਰਸ ਪ੍ਰੀਜ਼ਨ 'ਚ ਚਲਾ ਗਿਆ ਸੀਗਾ 1776 'ਚ। ਅੱਗੇ ਆਈ ਗੀ ਲਾਈਨ ਕਿਉਂ ਜ਼ਰੂਰੀ ਹੈ ਇਹ, ਠੀਕ ਹੈ। ਵਾਈਲ ਇਨ ਜੇਲ੍ਹ, ਜਿਹੜਾ ਲਾਸਟ ਪੈਰਾਗ੍ਰਾਫ ਹੈ, ਵਾਈਲ ਇਨ ਜੇਲ੍ਹ ਹਿੱਕੀ ਐਕਵਾਇਰਡ ਅ ਪ੍ਰਿੰਟਿੰਗ ਪ੍ਰੈਸ ਐਂਡ ਟਾਈਪਸ ਐਂਡ ਬਾਈ 1777 ਬਿਗਨ ਅ ਪ੍ਰਿੰਟਿੰਗ ਬਿਜ਼ਨਸ ਫਰੋਮ ਜੇਲ੍ਹ। ਇਹਨੇ ਪ੍ਰਿੰਟਿੰਗ ਦਾ ਜਿਹੜਾ ਬਿਜ਼ਨਸ ਸੀਗਾ ਉਹ ਇਹਨੇ ਜੇਲ੍ਹ 'ਚੋਂ ਹੀ ਸਟਾਰਟ ਕਰਤਾ ਸੀਗਾ 1777 'ਚ। ਉਹ ਤੋਂ ਬਾਅਦ 1778 'ਚੋਂ ਇਹ ਬਾਹਰ ਆ ਗਿਆ ਸੀਗਾ ਜੇਲ੍ਹ ਤੋਂ, ਡਿਊ ਟੂ ਇਹਨੇ ਜਿਹੜਾ ਲੋਇਰ ਹਾਇਰ ਕੀਤਾ ਸੀ ਉਹਦਾ ਨਾਮ ਸੀਗਾ ਵਿਲੀਅਮ ਹਿੱਕੀ। ਇਹਦਾ ਨਾਮ ਵਿਲੀਅਮ ਹਿੱਕੀ ਹੈ। ਇਹ ਸਿਮਿਲਰ ਸੁਣਦਾ, ਬੋਲਣ 'ਤੇ ਬਹੁਤ ਹੀ ਜ਼ਿਆਦਾ ਸਿਮਿਲਰ ਲੱਗਦਾ ਜੇਮਸ ਹਿੱਕੀ ਦੇ, ਪਰ ਇਹ ਰਿਸ਼ਤੇਦਾਰ ਨਹੀਂ ਹੈਗੇ, ਇੱਕ ਦੂਜੇ ਨਾਲ ਰਿਲੇਟਿਡ ਨਹੀਂ ਹੈਗੇ। ਸਪੈਲਿੰਗ ਦਾ ਫਰਕ ਹੈ ਦੇਖ ਲਓ, ਵਿਲੀਅਮ ਹਿੱਕੀ 'ਚ ਐੱਚ ਆਈ ਸੀ ਕੇ ਈ ਵਾਈ ਹੈ, ਅਤੇ ਆਪਣਾ ਜਿਹੜਾ ਔਗਸਟ ਸਿੱਕੀ ਉਸ 'ਚ ਐੱਚ ਆਈ ਸੀ ਕੇ ਵਾਈ ਹੈ, ਇਕੱਲਾ ਈ ਨਹੀਂ ਹੈਗਾ, ਠੀਕ ਹੈ। ਅਤੇ ਉਹ ਜੇਲ੍ਹ 'ਚੋਂ ਬਾਹਰ ਆ ਗਿਆ ਸੀ। ਹੁਣ ਆਪਾਂ ਚੱਲਦੇ ਹਾਂ ਅਗਲੀ ਸਾਈਡ 'ਤੇ ਜਿੱਥੋਂ ਭਾਗੋ ਪੜ੍ਹਾਂਗੇ। ਅੱਗੇ ਪੜ੍ਹਦੇ ਹਾਂ, ਜਿਹੜਾ ਸਭ ਤੋਂ ਉੱਪਰ ਲਾਈਨ ਲਿਖੀ ਹੋਈ ਹੈ ਉਹਨੂੰ ਪੜ੍ਹੋ। ਪੀਪਲ ਵਰ ਹੈਪੀ ਟੂ ਫਾਈਨਲੀ ਹੈਵ ਅ ਨਿਊਜ਼ ਪੇਪਰ। ਹਿੱਕੀ ਟਰਾਈ ਟੂ ਕਵਰ ਐਵਰੀਥਿੰਗ ਦੈਟ ਮਾਈਟ ਬੀ ਇੰਪੋਰਟੈਂਟ ਟੂ ਕੈਲਕਾਤਾ। ਹੀ ਡਿਵੋਟਿਡ ਮੈਨੀ ਪੇਜਿਸ ਟੂ ਪੋਲੀਟਿਕਸ, ਵਰਲਡ ਨਿਊਜ਼ ਐਂਡ ਇਵੈਂਟਸ ਇਨ ਇੰਡੀਆ। ਹੀ ਐਨਕਰੇਜਡ ਪੀਪਲ ਟੂ ਰਾਈਟ ਹਿਮ ਲੈਟਰਸ ਐਂਡ ਪੋਇਮਸ, ਠੀਕ ਹੈ। ਉਹ ਉਹਨੇ ਸਭ ਕੁਛ ਕਵਰ ਕੀਤਾ ਜੋ ਵੀ ਕੈਲਕਾਤਾ ਦੇ ਅਰਾਊਂਡ ਬੇਸਡ ਸੀਗਾ, ਪੋਲੀਟਿਕਸ ਵੀ, ਵਰਲਡ ਨਿਊਜ਼ ਵੀ, ਸਾਰੇ ਤਰ੍ਹਾਂ ਦੇ ਇਵੈਂਟਸ ਉਹਨੇ ਕੀਤੇ। ਅਤੇ ਉਹ ਮਤਲਬ ਸਿੰਪਲੀ ਕਿਹਾ ਜਾਏ ਤਾਂ ਉਹ ਅਹੈਡ ਆਫ ਟਾਈਮ ਸੀਗਾ, ਠੀਕ ਹੈ। ਉਹ ਬਹੁਤ ਹੀ ਜ਼ਿਆਦਾ ਪਰਫੈਕਟ ਸੀਗਾ ਉਸ ਜਿਹੜੇ ਟਾਈਮ ਪੀਰੀਅਡ 'ਚ ਉਹਨੇ ਆਪਣਾ ਅਖਬਾਰ ਸ਼ੁਰੂ ਕੀਤਾ ਪਿਆ ਸੀਗਾ। ਲੋਕ ਉਹਦੇ ਵਾਸਤੇ ਰੈਡੀ ਵੀ ਨਹੀਂ ਸੀਗੇ, ਪਰ ਯੂਨੋ ਬਹੁਤ ਵੱਡੀ ਸੈਂਸੇਸ਼ਨ ਬਣ ਚੁੱਕਾ ਸੀਗਾ ਉਹ। ਅਤੇ ਉਹ ਲੋਕਾਂ ਨੂੰ ਨਾ ਐਕਚੁਲੀ ਇਨਕਰੇਜ ਕਰਦਾ ਹੁੰਦਾ ਸੀ, ਅਤੇ ਲੋਕਾਂ ਨੂੰ ਕਹਿੰਦਾ ਹੁੰਦਾ ਸੀਗਾ ਕਿ ਤੁਸੀਂ ਆਪਣੀ ਯੂਨੋ ਪੀਸਿਸ ਆਫ ਰਾਈਟਿੰਗਸ ਜਾਂ ਆਪਣੇ ਵਿਚਾਰ ਮੈਨੂੰ ਲੈਟਰਸ ਦੇ ਥਰੂ ਭੇਜੋ, ਅਤੇ ਮੈਂ ਉਹਦੇ ਬਾਰੇ ਗੱਲ ਕਰਾਂਗਾ, ਠੀਕ ਹੈ, ਮਤਲਬ ਲਿਖਾਂਗਾ ਆਪਣੇ ਨਿਊਜ਼ ਪੇਪਰ 'ਚ। ਹੀ ਟਰਾਈ ਟੂ ਬੀ ਵਿਟੀ ਐਂਡ ਸੈਟਰੀਕਲ। ਵਿਟੀ ਹੁੰਦਾ ਹਾਜ਼ਰ ਜਵਾਬੀ ਦੇਣਾ, ਠੀਕ ਹੈ, ਜੋ ਕਿ ਬੜੇ ਘੈਂਟ ਜਵਾਬ ਦੇ ਸਕਦਾ। ਅਤੇ ਸੈਟਰੀਕਲ ਹੁੰਦਾ ਕਿ ਆਪਾਂ ਕਹਿਣਾ ਕੁਛ ਹੋਰ ਹੈ ਪਰ ਆਪਾਂ ਕੁਛ ਹੋਰ ਕਹਿ ਦਿੰਦੇ ਹਾਂ, ਠੀਕ ਹੈ। ਜਿਵੇਂ ਕਿ ਮੈਂ ਕਹਿਣਾ ਕਿ ਕੋਈ ਮੇਰੇ ਲਈ ਕੋਈ ਟੀ ਸ਼ਰਟ ਲੈ ਕੇ ਆਇਆ ਅਤੇ ਉਹ ਬਹੁਤ ਹੀ ਛੋਟੀ ਹੈ, ਹੁਣ ਮੈਂ ਕਹਿਣਾ ਕਿ ਇਹਨੂੰ ਵੱਡੀ ਟੀ ਸ਼ਰਟ ਲੈ ਆਉਂਦੇ, ਪਰ ਮੈਂ ਜਾਣ ਬੂਝ ਕੇ ਉਹਨੂੰ ਉਹਦੀ ਪੁੱਠੀ ਚੀਜ਼ ਕਹੂੰਗਾ। ਮੈਂ ਕਹੂੰਗਾ ਵਾਹ ਬੜੀ ਵੱਡੀ ਟੀ ਸ਼ਰਟ ਹੈ, ਥੋੜ੍ਹੀ ਛੋਟੀ ਲਿਆਉਂਦੇ, ਠੀਕ ਹੈ। ਹੁਣ ਸੈਟਰੀਕਲ ਕਹਿੰਦੇ ਆ ਲੋਕਾਂ ਦਾ ਮਜ਼ਾਕ ਉਡਾਉਣ ਵਾਸਤੇ ਹੁੰਦਾ। ਸੈਟਰੀਕਲ 'ਚ ਕੁਛ ਵੀ ਆ ਸਕਦਾ, ਜਿਵੇਂ ਕਿ ਕੋਈ ਬੰਦਾ ਲੰਘ ਕੇ ਜਾ ਰਿਹਾ ਤਾਂ ਮੈਂ ਉਹਨੂੰ ਕਹਾਂ ਕਿ ਵਾਹ ਤੇਰੇ ਬਾਲ, ਫਿਰ ਉਹ ਬੰਦਾ ਕਹੇਗਾ ਥੈਂਕ ਯੂ, ਫਿਰ ਮੈਂ ਅੱਗੋਂ ਕਹਿ ਦਾਂਗਾ ਬੜੇ ਬੇਕਾਰ ਹੈ, ਠੀਕ ਹੈ। ਮਤਲਬ ਜੋ ਆਪਾਂ ਨੇ ਕਹਿਣਾ ਪਹਿਣਾ ਉਸ ਤੋਂ ਆਪਾਂ ਪੁੱਠੀ ਚੀਜ਼ ਕਹਿੰਦੇ ਹਾਂ, ਫਿਰ ਬਾਅਦ 'ਚ ਮਤਲਬ ਬੰਦਾ ਸਮਝ ਆਉਂਦਾ ਕਿ ਬੰਦਾ ਇਨਸਲਟ ਕਰਨਾ ਚਾਹ ਰਿਹਾ। ਜਿਨ੍ਹਾਂ ਨੂੰ ਨਹੀਂ ਪਤਾ ਸੀ ਉਹਨਾਂ ਨੂੰ ਮੈਂ ਦੱਸਤਾ, ਅੱਗੇ ਚੱਲਦੇ ਹਾਂ। ਸਰਕੈਸਟਿਕ ਮੀਨਿੰਗ ਹੁੰਦਾ ਇਹਦਾ ਸੈਟਰੀਕਲ। ਹੀ ਗੇਵ ਨਿਕਨੇਮਸ ਟੂ ਦਾ ਸਿਟੀਜ਼ ਮੋਸਟ ਕਲਰਫੁੱਲ ਕੈਰੈਕਟਰਸ, ਠੀਕ ਹੈ। ਵਨ ਦੈਟ ਸਟਕ ਵੋਜ ਨੋਜ਼ੀ ਜਾਰਗੋਨ ਫੋਰ ਦਾ ਸਿਟੀਜ਼ ਸਰਵੇਅਰ ਐਂਡ ਹੈੱਡ ਆਫ ਪਬਲਿਕ ਵਰਕਸ ਐਡਵਰਡ ਟਿਰੇਟਾ, ਠੀਕ ਹੈ। ਇਹ ਜਿਹੜਾ ਬੰਦਾ ਸੀਗਾ ਇਹ ਬਹੁਤ ਹੀ ਜ਼ਿਆਦਾ ਵਿਟੀ ਸੀਗਾ, ਬਹੁਤ ਹੀ ਜ਼ਿਆਦਾ ਸਮਾਰਟ ਸੀਗਾ। ਅਤੇ ਇਹ ਨਾ ਜਿੰਨੇ ਵੀ ਮੇਨ ਫਿਗਰਸ ਸੀਗੇ ਉਸ ਟਾਈਮ, ਉਸ ਉਹਨਾਂ ਨੂੰ ਇਹ ਇੱਕ ਕਾਇੰਡ ਆਫ ਇੱਕ ਫਨੀ ਨਿਕਨੇਮ ਦੇ ਦਿੰਦਾ ਹੁੰਦਾ ਸੀ, ਇੱਕ ਨਾਮ ਦੇ ਦਿੰਦਾ ਸੀਗਾ।
ਕਾਇੰਡ ਆਫ ਉਹਨਾਂ ਦਾ ਮਜ਼ਾਕ ਉਡਾਉਣ ਵਾਸਤੇ, ਠੀਕ ਹੈ। ਜਿਹੜਾ ਐਡਵਰਡ ਟਿਰੇਟਾ ਸੀਗਾ ਉਹਨੂੰ ਇਹਨੇ ਨਾਮ ਦਿੱਤਾ ਸੀਗਾ ਨੂਜ਼ੀ ਜਾਰਗੋਨ, ਠੀਕ ਹੈ। ਹੁਣ ਇਹ ਮੈਂ ਬਾਰ ਬਾਰ ਠੀਕ ਹੈ ਬੋਲਦਾ ਰਹਿਣਾ। ਹੁਣ ਨੀਚੇ ਆ ਜਾਂਦੇ ਹਾਂ, ਦੇਖੋ ਦੀਜ਼ ਨਿਕ ਨੇਮਸ ਐਂਡ ਹਿਜ਼ ਲਾਈਟ ਹਾਰਟਿਡ ਰਿਪੋਰਟਿੰਗ ਮੇਡ ਹਿਜ਼ ਪੀਪਲ ਐਨ ਐਂਟਰਟੇਨਿੰਗ ਰੀਡ ਫੋਰ ਮੈਨੀ। ਇਹਦੇ ਨਿਕ ਨੇਮਸ ਅਤੇ ਲਾਈਟ ਹਾਰਟਿਡ ਜਿਹੜੀ ਇਹਦੀ ਰਿਪੋਰਟਿੰਗ ਸੀਗੀ, ਠੀਕ ਹੈ, ਜਿਹੜੀ ਰਿਪੋਰਟਿੰਗ 'ਚ ਬਹੁਤ ਲਾਈਟ ਹਾਰਟਿਡ ਹੁੰਦੀ ਸੀ, ਯਾਨੀ ਕਿ ਸੀਰੀਅਸ ਟੋਪਿਕਸ ਨੂੰ ਵੀ ਇਹ ਜ਼ਿਆਦਾ ਮਤਲਬ ਇਹੋ ਜਿਹਾ ਨਹੀਂ ਬਣਾ ਦਿੰਦਾ ਸੀਗਾ ਕਿ ਬੰਦੇ ਨੂੰ ਸੁਣ ਕੇ ਸਟ੍ਰੈੱਸ ਆ ਜਾਵੇ, ਠੀਕ ਹੈ। ਉਹ ਸਹੀ ਲੱਗਦੀ ਸੀ ਸੁਣਨ 'ਚ, ਬਸ ਮਤਲਬ ਇਨਫ ਹੁੰਦਾ ਸੀਗਾ, ਇੰਟੈਂਸਿਟੀ ਇਨਫ ਹੁੰਦੀ ਸੀ ਜਿਹੜੀ ਨਿਊਜ਼ ਰਿਪੋਰਟਿੰਗ ਹੁੰਦੀ ਸੀ ਇਹਦੀ, ਜਿਸ ਕਰਕੇ ਜਿਹੜਾ ਇਹਦਾ ਰੀਡ ਸੀਗਾ ਯੂਨੋ ਬਹੁਤ ਐਂਟਰਟੇਨਿੰਗ ਸੀ ਲੋਕਾਂ ਵਾਸਤੇ। ਅਤੇ ਆਹ ਦੇਖੋ, ਆ ਜਿਹੜਾ ਪੂਰੇ ਪੈਰਾਗ੍ਰਾਫ ਦਿੱਤਾ ਹੋਇਆ ਸਭ ਤੋਂ ਟੋਪ 'ਤੇ, ਇਸ 'ਚ ਇਹ ਦੱਸਿਆ ਗਿਆ ਕਿ ਉਹ ਓਬਵੀਅਸਲੀ ਜਿਹੜਾ ਬੰਗਾਲ ਗੈਜ਼ਟ ਸੀਗਾ ਉਹ ਇੰਡੀਆ ਦਾ ਪਹਿਲਾ ਨਿਊਜ਼ ਪੇਪਰ ਸੀਗਾ ਜਿਹਦੇ ਨਾਲ ਲੋਕਾਂ ਦੀ ਜਿਹੜੀ ਜ਼ਿੰਦਗੀ ਸੀ ਉਹ ਆਸਾਨ ਹੋ ਗਈ ਸੀ। ਹੁਣ ਲੋਕਾਂ ਨੂੰ ਕੋਈ ਵੀ ਜਦ ਨਵੀਂ ਡਿਟੇਲ ਦੇ ਉੱਪਰ ਜਾਂ ਕੋਈ ਵੀ ਗੱਲ ਦੇ ਉੱਪਰ ਉਹ ਕਰਨੀ ਹੁੰਦੀ ਸੀਗੀ, ਜਿਵੇਂ ਕੁਛ ਪਤਾ ਲੱਗ ਗਈ ਕੋਈ ਚੀਜ਼ ਉਹਦੇ ਬਾਰੇ ਕੁਛ ਦੱਸਣਾ ਕਿਸੇ ਹੋਰ ਨੂੰ ਰਿਲੇਟਿਵ ਨੂੰ, ਫੋਨਸ ਵਗੈਰਾ ਤਾਂ ਹੁੰਦੇ ਨਹੀਂ ਸੀਗੇ, ਚਿੱਠੀਆਂ ਭੇਜੀ ਜਾਂਦੀਆਂ ਸੀਗੀਆਂ, ਫਿਰ ਉਹ ਕਿੱਥੇ ਜਾਂਦੀ ਸੀ ਕਿਤੇ ਉਹਨਾਂ ਦਾ ਜਵਾਬ ਆਉਂਦਾ ਸੀ। ਹੁਣ ਆਸਾਨ ਹੋ ਗਿਆ ਸੀਗਾ ਕੰਮ, ਹੁਣ ਲੋਕ ਬਸ ਲੈਟਰਸ 'ਚ ਨਾ ਸ਼ੁਰੂ ਸ਼ੁਰੂ 'ਚ ਜਦ ਨਿਊਜ਼ ਪੇਪਰ ਆਇਆ ਸੀਗਾ ਉਹ ਬਸ ਇਹ ਕਹਿ ਦਿੰਦੇ ਸੀਗੇ ਕਿ ਜੋ ਵੀ ਉਹ ਹੈਗਾ ਤੁਸੀਂ ਨਿਊਜ਼ ਪੇਪਰ 'ਚੋਂ ਪੜ੍ਹ ਸਕਦੇ ਹੋ, ਠੀਕ ਹੈ। ਸਾਰਿਆਂ ਕੋਲ ਸੇਮ ਖਬਰਾਂ ਜਾ ਰਹੀ ਸੀਗੀਆਂ ਅਤੇ ਕਮਿਊਨੀਕੇਸ਼ਨ ਆਸਾਨ ਹੋ ਗਿਆ ਸੀਗਾ, ਲੋਕਾਂ ਦੀ ਜ਼ਿੰਦਗੀਆਂ ਸਵਰਗੀਆਂ ਸੀਗੀਆਂ, ਠੀਕ ਹੈ। ਅਤੇ ਯੂਨੋ ਸਮਝ ਸਕਦੇ ਹੋ ਕਿ ਪਹਿਲੀ ਵਾਰ ਜਦ ਨਿਊਜ਼ ਪੇਪਰ ਆਇਆ ਹੋਣਾ ਦੁਨੀਆਂ 'ਚ ਕੀ ਹਾਲ ਹੋਇਆ ਹੋਣਾ, ਉਹੀ ਸਭ ਹੈ। ਅੱਗੇ ਜਿਹੜਾ ਹਿੱਕੀ ਸੀਗਾ ਉਹ ਸ਼ੁਰੂ ਸ਼ੁਰੂ 'ਚ ਬਹੁਤ ਹੀ ਜ਼ਿਆਦਾ ਕੌਸ਼ੀਅਸ ਸੀਗਾ ਆਪਣੇ ਇਸ ਨਿਊਜ਼ ਪੇਪਰ ਨੂੰ ਲੈ ਕੇ, ਉਹ ਕੋਈ ਵੀ ਜ਼ਿਆਦਾ ਕਨਫਲਿਕਟ ਵਾਲੀ ਚੀਜ਼ ਉੱਪਰ ਗੱਲ ਨਹੀਂ ਕਰਦਾ ਸੀਗਾ, ਕੋਈ ਵੀ ਪੋਲੀਟਿਕਸ ਨੂੰ ਲੈ ਕੇ ਕੁਛ ਨਹੀਂ ਛਾਪਦਾ ਸੀਗਾ, ਉਹ ਸਿਰਫ ਇਹੀ ਦੇਖਦਾ ਸੀਗਾ ਕਿ ਇਹ ਜਿਹੜਾ ਉਹਦਾ ਨਿਊਜ਼ ਪੇਪਰ ਉਹ ਇੱਕ ਤਰ੍ਹਾਂ ਦੀ ਐਸੀ ਯੂਨੋ ਇੱਕ ਫੋਰਮ ਹੈ ਜਿੱਥੇ ਲੋਕ ਆਪਣੀ ਵਿਚਾਰ ਪੇਸ਼ ਕਰ ਸਕਦੇ ਹਾਂ ਸੁਸਾਇਟੀ ਦੀ ਬੈਟਰਮੈਂਟ ਵਾਸਤੇ। ਉਹ ਕੋਈ ਵੀ ਐਸੀ ਚੀਜ਼ ਨਹੀਂ ਕਰਨਾ ਚਾਹੁੰਦਾ ਸੀਗਾ ਜਿਹਦੇ ਨਾਲ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕਨਫਲਿਕਟ ਜਾਂ ਫਿਰ ਸਕੈਂਡਲ ਖੜ੍ਹਾ ਹੋਵੇ। ਹਰ ਇੱਕ ਕੋਂਟਰੋਵਰਸ਼ੀਅਲ ਚੀਜ਼ ਤੋਂ ਉਹ ਦੂਰ ਰਹਿਣਾ ਚਾਹੁੰਦਾ ਸੀਗਾ, ਬਹੁਤ ਜ਼ਿਆਦਾ ਕੇਅਰਫੁੱਲ ਸੀਗਾ ਇਸ ਚੀਜ਼ ਨੂੰ ਲੈ ਕੇ। ਅੱਗੇ ਚੱਲਦੇ ਹਾਂ, ਜਿਹੜਾ ਹਿੱਕੀ ਸੀਗਾ ਉਹ ਚਾਹੁੰਦਾ ਸੀਗਾ ਕਿ ਜਿਹੜਾ ਇਹਦਾ ਪੇਪਰ ਹੈ ਉਹ ਇਸਤੇਮਾਲ ਕੀਤਾ ਜਾਵੇ ਟੂ ਸਰਵ ਸੁਸਾਇਟੀ, ਯਾਨੀ ਕਿ ਲੋਕਾਂ ਦੀ ਸੇਵਾ ਕਰਨ ਵਾਸਤੇ ਇਹਨੂੰ ਇਸਤੇਮਾਲ ਕੀਤਾ ਜਾਵੇ, ਇਹਦਾ ਇਸਤੇਮਾਲ ਇਸ ਤਰੀਕੇ ਨਾਲ ਹੋਵੇ। ਤਾਂ ਜਿਹੜਾ ਉਹਨੇ ਪਹਿਲਾ ਜਿਹੜਾ ਟੋਪਿਕ ਚੁਣਿਆ ਸੀਗਾ ਆਪਣਾ ਉਸ 'ਚ ਜਿਹੜਾ ਉਹਨੇ ਪਬਲਿਸ਼ ਕੀਤਾ ਸੀਗਾ ਉਹ ਸੀਗਾ ਸਿਟੀ ਇੰਪਰੂਵਮੈਂਟ ਉੱਪਰ। ਉਹਨੇ ਕੰਪਨੀ ਨੂੰ ਕਿਹਾ ਕਿ ਜ਼ਿਆਦਾ ਇਨਵੈਸਟ ਕਰਨਾ ਚਾਹੀਦਾ ਇਨਫਰਾਸਟ੍ਰਕਚਰ 'ਤੇ, ਰੋਡ ਕੰਸਟਰਕਸ਼ਨਸ 'ਤੇ, ਹਾਈਜੀਨ 'ਤੇ, ਸੈਨੀਟੇਸ਼ਨ 'ਤੇ, ਅਤੇ ਉਹ ਸਭ ਚੀਜ਼ਾਂ 'ਤੇ ਜੋ ਕਿ ਸ਼ਹਿਰ ਵਗੈਰਾ ਹੈਗੇ ਆ ਉਹ ਲੈਕ ਕਰ ਰਹੇ ਆ ਕੰਪੇਅਰ ਟੂ ਇਟਸ ਯੂਰੋਪੀਅਨ ਪੀਰਸ, ਠੀਕ ਹੈ, ਜਿਹੜੇ ਯੂਰੋਪ 'ਚ ਚੀਜ਼ਾਂ ਨੇ, ਵੈਸਟ 'ਚ ਚੀਜ਼ਾਂ ਨੇ ਜਾਂ ਯੂਰੋਪ ਦੀ ਗੱਲ ਕੀਤੀ ਗਈ ਆ, ਉਹ ਸਭ ਟੈਕਨੋਲੋਜੀ ਉਹ ਸਭ ਸੁਵਿਧਾਵਾਂ ਸਾਡੇ ਲਈ ਉਰੇ ਲੈ ਕੇ ਆਓ। ਇਹ ਗੱਲ ਉਹਨੇ ਕੰਪਨੀ ਨੂੰ ਕਹੀ, ਕੰਪਨੀ ਤੋਂ ਇਹਦਾ ਮਤਲਬ ਹੈ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਜੋ ਕਿ ਉਸ ਟਾਈਮ ਰੂਲ ਕਰ ਰਹੀ ਸੀ। ਹੁਣ ਜਿਹੜੀ ਅੱਗੇ ਚੀਜ਼ ਦਿੱਤੀ ਗਈ ਹੈ ਇਹ ਹਿੱਕੀ ਵਾਸਤੇ ਬਹੁਤ ਹੀ ਅਲੱਗ ਹੈ, ਮਤਲਬ ਹਿੱਕੀ ਨਾਲ ਜੁੜੀ ਹੋਈ ਬਹੁਤ ਹੀ ਅਲੱਗ ਚੀਜ਼ ਹੈ, ਇਹ ਇੱਕ ਡਿਫਰੈਂਟ ਪਹਿਲੂ ਹੈ ਇਸ ਟੋਪਿਕ ਦਾ। ਜਿਹੜਾ ਹਿੱਕੀ ਸੀਗਾ ਜਦ ਉਹਨੇ ਹੋਰ ਟੋਪਿਕਸ ਨੂੰ ਟੱਚ ਕਰਨਾ ਸ਼ੁਰੂ ਕੀਤਾ ਤਾਂ ਉਹਨੇ ਇਸ ਚੀਜ਼ ਦੇ ਉੱਪਰ ਛਾਪਣਾ ਸ਼ੁਰੂ ਕੀਤਾ ਕਿ ਉਹ ਉਸ ਰੋਲ ਦੇ ਬਾਰੇ ਜੋ ਕਿ ਵਿਮੈਨ ਨੂੰ ਪਲੇ ਕਰਨਾ ਚਾਹੀਦਾ ਸੁਸਾਇਟੀ 'ਚ, ਉਸ ਟਾਈਮ ਦੇ ਹਿਸਾਬ ਨਾਲ ਜਿਹੜਾ ਉਹ ਸੀਗਾ ਅਤੇ ਉਹਦੇ ਰਾਈਟਰ ਸੀਗੇ ਜਿਹੜੇ ਨਿਊਜ਼ ਪੇਪਰ 'ਚ ਲਿਖਦੇ ਸੀ ਅਤੇ ਲਗਭਗ ਜਿਹੜਾ ਸਾਰਾ ਸਮਾਜ ਹੀ ਸੀਗਾ ਉਹ ਇਹੀ ਮੰਨਦੇ ਸੀਗੇ ਕਿ ਜਿਹੜਾ ਮੈਨ ਹੈ ਉਹ ਐਕਚੁਅਲੀ ਸੁਪੀਰੀਅਰ ਹੈ ਵੀਮੈਨ ਤੋਂ, ਠੀਕ ਹੈ। ਜਦ ਤੁਸੀਂ ਇਸ ਬੰਦੇ ਬਾਰੇ ਪੜ੍ਹਦੇ ਹੋ ਜਾਂ ਜਰਨਲਿਜ਼ਮ ਬਾਰੇ ਪੜ੍ਹਦੇ ਹੋ ਕਿ ਇੰਨਾ ਵਧੀਆ ਅਖਬਾਰ ਸੀ ਤਾਂ ਤੁਸੀਂ ਸੋਚਦੇ ਹੋ, ਜੇ ਵੂਮੈਨ ਦੀ ਗੱਲ ਹੋ ਰਹੀ ਹੈ ਤਾਂ ਇਸ 'ਚ ਇਹ ਦਿੱਤਾ ਹੋਏਗਾ ਕਿ ਇਹਨੇ ਅਜਿਹਾ ਕੁਛ ਛਾਪਿਆ ਹੋਏਗਾ ਕਿ ਵੀਮੈਨ ਨੂੰ ਉਨਾ ਹੀ ਦਰਜਾ ਮਿਲਣਾ ਚਾਹੀਦਾ ਜਿੰਨਾ ਮੈਨ ਨੂੰ ਮਿਲਿਆ, ਪਰ ਗੱਲ ਪੁੱਠੀ ਸੀਗੀ। ਇਹ ਉਸ ਜ਼ਮਾਨੇ ਦੇ ਹਿਸਾਬ ਨਾਲ ਇਹੀ ਮੰਨਦੇ ਸੀਗੇ ਕਿ ਜਿਹੜੇ ਮੈਨ ਹੈ ਉਹ ਸੁਪੀਰੀਅਰ ਹੈ ਵੀਮੈਨ ਤੋਂ। ਤਾਂ ਇਸ ਦੇ ਹਿਸਾਬ ਨਾਲ ਇਹਦਾ ਮਤਲਬ ਹਿੱਕੀ ਦਾ ਕਹਿਣ ਦਾ ਮਤਲਬ ਇਹ ਸੀਗਾ, ਇਹਨੇ ਇਹ ਚੀਜ਼ ਛਾਪੀ ਕਿ ਜਿਹੜੀ ਕੁੜੀਆਂ ਨੇ ਉਹਨਾਂ ਨੂੰ ਫੇਥਫੁੱਲ ਹੋਣਾ ਚਾਹੀਦਾ, ਸ਼ਾਂਤ ਸੁਭਾਅ ਦਾ ਹੋਣਾ ਚਾਹੀਦਾ, ਕੰਮ ਕਰਨ ਵਾਲਾ ਹੋਣਾ ਚਾਹੀਦਾ, ਬਾਤ ਮੰਨਣ ਵਾਲਾ ਹੋਣਾ ਚਾਹੀਦਾ, ਉਹ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਕਿ ਜ਼ੋਰ ਜ਼ੋਰ ਦੀ ਬੋਲਣ ਜਾਂ ਫਿਰ ਯੂਨੋ ਆਊਟ ਆਫ ਕਰੈਕਟਰ ਗੱਲ ਕਰਨ ਕੁਛ। ਇਹਨਾਂ ਦੀ ਜਿਹੜੀ ਵੈਲਿਊ ਹੈ ਉਹ ਇਸ ਬੇਸ 'ਤੇ ਆ ਕਿ ਇਹ ਕਿੰਨੇ ਬੱਚੇ ਦੇ ਸਕਦੀਆਂ ਨੇ, ਠੀਕ ਹੈ, ਅਤੇ ਇਹ ਆਪਣੇ ਬੱਚਿਆਂ ਨੂੰ ਜਿਹੜੀ ਮੋਰਲ ਵੈਲਿਊਜ਼ ਹੈ ਜਿਹੜੀ ਸੁਸਾਇਟੀ ਦੀ ਜਿਹੜੀ ਕਿਵੇਂ ਰਹਿਣਾ, ਕਿਵੇਂ ਗੱਲ ਕਰਨੀ ਹੈ, ਕੀ ਸਹੀ ਬਿਹੇਵੀਅਰ ਹੈ, ਇਹ ਸਭ ਆਪਣੇ ਬੱਚਿਆਂ ਨੂੰ ਸਿਖਾਉਣ, ਇਸੀ ਬੇਸ 'ਤੇ ਇਹਨਾਂ ਦੀ ਜਿਹੜੀ ਵੈਲਿਊ ਹੈ ਉਹ ਜੱਜ ਕੀਤੀ ਜਾ ਸਕਦੀ ਹੈ। ਅਤੇ ਇਹਨੇ ਇਹ ਵੀ ਕਿਹਾ ਕਿ ਜਿਹੜੀ ਕੁੜੀਆਂ ਨੇ ਉਹਨਾਂ ਨੂੰ
ਮੋਡੈਸਟ ਹੋਣਾ ਚਾਹੀਦਾ, ਠੀਕ ਹੈ, ਮਤਲਬ ਸਾਰੇ ਮੋਰਲੀ ਚੰਗੇ ਗੁਣ ਹੋਣੇ ਚਾਹੀਦੇ ਹਨ। ਇਹਨੇ ਇਹ ਵੀ ਕਿਹਾ ਕਿ ਜੇ ਕੁੜੀਆਂ ਨੂੰ ਐਜੂਕੇਸ਼ਨ ਦਿਵਾਉਣੀ ਵੀ ਹੈ ਤਾਂ ਅੱਗੇ ਤਾਂ ਵੈਸੇ ਹੀ ਐਂਟਰਟੇਨਮੈਂਟ ਵਾਸਤੇ ਦਵਾ ਦੇਣੀ ਚਾਹੀਦੀ ਹੈ। ਇਹਨਾਂ ਨੂੰ ਯੂਨੋ ਜ਼ਿਆਦਾ ਸਮਝਦਾਰ ਨਹੀਂ ਹੋਣਾ ਚਾਹੀਦਾ, ਕਿਉਂਕਿ ਸਾਇੰਸ ਨੇ, ਵਿਗਿਆਨ ਨੇ, ਬਾਇਓਲੋਜੀ ਨੇ ਜਿਹੜੀ ਜਿਹੜੀ ਕੁੜੀਆਂ ਨੇ ਉਹਨਾਂ ਨੂੰ ਇਨਫੀਰੀਅਰ ਬਣਾਇਆ ਕੰਪੇਅਰ ਟੂ ਮੈਨ, ਕਿ ਉਹ ਇੰਟਲੈਕਚੁਅਲੀ ਦਿਮਾਗੀ ਤੌਰ 'ਤੇ ਬੰਦਿਆਂ ਤੋਂ ਇਨਫੀਰੀਅਰ ਹੁੰਦੀਆਂ ਨੇ। ਉਹਨੇ ਇਹ ਵੀ ਕਿਹਾ ਕਿ ਜਿਹੜੀ ਕੁੜੀਆਂ ਨੇ ਜੇ ਉਹ ਕੁਛ ਪਰਸਿਊ ਕਰ ਰਹੀਆਂ ਨੇ ਜਿਵੇਂ ਕਿ ਪੜ੍ਹਾਈ ਪੜੂਈ ਪਰਸਿਊ ਕਰ ਰਹੀਆਂ ਤਾਂ ਉਹਨਾਂ ਨੂੰ ਸਬਜੈਕਟ ਚੁਣਨੇ ਚਾਹੀਦੇ ਆ ਜਿਵੇਂ ਕਿ ਡਾਂਸਿੰਗ ਹੋ ਗਿਆ, ਮਿਊਜ਼ਿਕ ਹੋ ਗਿਆ, ਫ੍ਰੈਂਚ ਹੋ ਗਿਆ, ਜਿਨ੍ਹਾਂ ਦੀ ਜ਼ਿਆਦਾ ਕੋਈ ਵੈਲਿਊ ਨਹੀਂ ਹੈਗੀ, ਕਿਉਂਕਿ ਹਿੱਕ ਹੀ ਮੰਨਦਾ ਸੀਗਾ ਜਿਹੜੀ ਕੁੜੀਆਂ ਜ਼ਿਆਦਾ ਸਮਝਦਾਰ ਹੁੰਦੀਆਂ ਨੇ ਉਹ ਲੈੱਸ ਸੈਕਸ਼ੂਅਲੀ ਅਟਰੈਕਟਿਵ ਹੁੰਦੀਆਂ ਨੇ, ਉਹ ਅਟਰੈਕਟਿਵ ਘੱਟ ਲੱਗਦੀਆਂ ਲੋਕਾਂ ਨੂੰ। ਇਸ ਕਰਕੇ ਉਹ ਮੰਨਦਾ ਸੀਗਾ ਕਿ ਇਹ ਸਭ ਹੋਣਾ ਚਾਹੀਦਾ, ਠੀਕ ਹੈ। ਇਹ ਕੁਛ ਅਲੱਗ ਚੀਜ਼ ਸੀਗੀ ਉਰੇ, ਤਾਂ ਇਹ ਜ਼ਰੂਰੀ ਸੀਗਾ ਇਸ 'ਤੇ ਉੱਪਰ ਟੱਚ ਕਰਨਾ ਕਿ ਮਤਲਬ ਕਿ ਨਾ ਉਸ ਟਾਈਮ 'ਤੇ ਜ਼ਮਾਨਾ ਹੀ ਅਲੱਗ ਸੀਗਾ, ਤਾਂ ਉਸ ਟਾਈਮ 'ਤੇ ਜਿਹੜੇ ਬੰਦੇ ਸੀਗੇ ਉਹ ਵੀ ਇਹੀ ਮੰਨਦੇ ਸੀਗੇ ਕਿ ਕੁੜੀਆਂ ਐਸੀ ਹੋਣੀ ਚਾਹੀਦੀਆਂ, ਅਤੇ ਜਿਹੜੀ ਕੁੜੀਆਂ ਸੀਗੀ ਉਹ ਵੀ ਇਸ ਚੀਜ਼ 'ਚ ਖੁਸ਼ ਸੀਗੀਆਂ, ਉਹ ਵੀ ਮਤਲਬ ਇਹਦੇ ਖਿਲਾਫ ਆਵਾਜ਼ ਨਹੀਂ ਉਠਾ ਰਹੀਆਂ ਸੀ, ਮਤਲਬ ਉਹਨਾਂ ਨੂੰ ਇਸ ਤੋਂ ਕੋਈ ਪਰੇਸ਼ਾਨੀ ਹੀ ਨਹੀਂ ਸੀ, ਠੀਕ ਹੈ। ਉਹ ਵੀ ਇਹੀ ਮੰਨਦੀ ਸੀ ਕਿ ਜਿਹੜੀ ਕੁੜੀਆਂ ਨੇ ਉਹਨਾਂ ਨੂੰ ਸੁਸਾਇਟੀ 'ਚ ਉਹਨਾਂ ਦਾ ਇਹੀ ਰੋਲ ਹੈ ਕਿ ਉਹ ਇੱਕ ਮੋਰਲ ਇਮੇਜ ਪ੍ਰਜੈਂਟ ਕਰਨ ਲੋਕਾਂ ਦੇ ਸਾਹਮਣੇ ਕਿ ਕੁੜੀ ਐਸੀ ਹੋਣੀ ਚਾਹੀਦੀ ਹੈ, ਤਾਂ ਕਿਸੇ ਨੇ ਵੀ ਇਸ ਗੱਲ ਉੱਤੇ ਆਵਾਜ਼ ਨਹੀਂ ਉਠਾਈ ਹੈਗੀ। ਸਾਰਿਆਂ ਨੇ ਗੱਲ ਅਜੀਮ ਸਿੱਕੀ ਦੀ ਮੰਨ ਲਈ ਸੀਗੀ ਅਤੇ ਐਪਰੀਸ਼ੀਏਟ ਕੀਤਾ ਕਿ ਉਹਦੀ ਐਕਚੁਅਲੀ ਉਸ ਜ਼ਮਾਨੇ ਦੇ ਹਿਸਾਬ ਨਾਲ ਇੰਨੀ ਚੰਗੀ ਸੋਚ ਹੈ। ਅੱਗੇ ਇਹ ਗੱਲ ਕਹੀ ਗਈ ਹੈ ਕਿ ਹਾਲਾਂਕਿ ਜਿਹੜਾ ਜੇਮ ਸਿੱਕੀ ਸੀਗਾ ਉਹਨੇ ਕੁੜੀਆਂ ਦੇ ਉੱਪਰ ਉਹਨਾਂ ਦੀ ਸੈਕਸ਼ੂਐਲਿਟੀ ਦੇ ਉੱਪਰ ਕਮੈਂਟ ਕੀਤਾ, ਉਹਨੇ ਬੰਦਿਆਂ ਦੇ ਰੋਲ ਦੇ ਉੱਪਰ ਵੀ ਕਮੈਂਟ ਕੀਤਾ ਜੋ ਕਿ ਉਹ ਸੈਕਸ਼ੂਅਲੀ ਪਲੇ ਕਰਦੇ ਆ ਸੁਸਾਇਟੀ 'ਚ। ਉਹ ਕਹਿੰਦਾ ਸੀਗਾ ਕਿ ਜਿਹੜਾ ਬੰਦਾ ਇੱਕ ਵਾਰ ਇੱਕ ਕੁੜੀ ਨਾਲ ਅਡਲਟਰੀ ਕਰ ਚੁੱਕਿਆ ਉਹਨੂੰ ਕਿਸੇ ਹੋਰ ਨਾਲ ਨਹੀਂ ਕਰਨਾ ਚਾਹੀਦਾ, ਯਾਨੀ ਕਿ ਸਿੰਪਲ ਲੈਂਗੁਏਜ 'ਚ ਮੈਂ ਥੋੜ੍ਹਾ ਸਿੱਧਾ ਸਿੱਧਾ ਤਰੀਕੇ ਨਾਲ ਬੋਲ ਰਿਹਾ ਤਾਂ ਕਿ ਤੁਹਾਨੂੰ ਸਮਝ ਆ ਜੇ ਕਿ ਜਿਹੜਾ ਬੰਦਾ ਇੱਕ ਵਾਰ ਇੱਕ ਕੁੜੀ ਨਾਲ ਸੋ ਚੁੱਕਿਆ ਤਾਂ ਉਹਨੂੰ ਉਸੇ ਕੁੜੀ ਨਾਲ ਰਹਿਣਾ ਚਾਹੀਦਾ, ਕਿਸੇ ਹੋਰ ਕੁੜੀ ਨਾਲ ਨਹੀਂ ਸੋਣਾ ਚਾਹੀਦਾ, ਕਿਉਂਕਿ ਇਹ ਕੁਦਰਤ ਦੇ ਖਿਲਾਫ ਹੈ, ਇਹ ਰੱਬ ਦੇ ਜਿਹੜੇ ਅਸੂਲ ਹੈ ਉਹਨਾਂ ਦੇ ਖਿਲਾਫ ਹੈ। ਉਹ ਬੰਦਾ ਲੋਜ਼ ਆਫ ਫਰੈਂਡਸ਼ਿਪ ਤੋੜ ਰਿਹਾ, ਲੋਜ਼ ਆਫ ਕੰਟਰੀ ਤੋੜ ਰਿਹਾ, ਲੋਜ਼ ਆਫ ਰੀਜ਼ਨ ਤੋੜ ਰਿਹਾ, ਅਤੇ ਉਹਨੂੰ ਕੋਈ ਇੰਨਾ ਫਰਕ ਨਹੀਂ ਪੈਂਦਾ ਹੈਗਾ, ਕਿਉਂਕਿ ਜਿਹੜੇ ਬੰਦੇ ਆ ਸੁਸਾਇਟੀ 'ਚ ਉਹ ਇਹਨੂੰ ਸੀਰੀਅਸਲੀ ਨਹੀਂ ਲੈਂਦੇ ਹੈਗੇ। ਪਰ ਜਿਹੜੀ ਇੱਕ ਵੂਮਨ ਹੈ, ਜਿਹੜੀ ਇੱਕ ਗਰਲ ਹੈ, ਉਹਨੂੰ ਸੁਸਾਇਟੀ ਦੀ ਜਜਮੈਂਟ ਦਾ ਸਾਹਮਣਾ ਕਰਨਾ ਪੈਂਦਾ, ਅਤੇ ਇਹ ਚੱਕਰ ਹੈ। ਅੱਗੇ ਬਹੁਤ ਹੀ ਵਧੀਆ ਗੱਲ ਦੱਸੀ ਹੋਈ ਹੈ ਜੇਮ ਸਿੱਕੀ ਬਾਰੇ ਕਿ ਉਹਨੇ ਕਿਹਾ ਸੀਗਾ ਕਿ ਤੁਸੀਂ ਆਪਣੀ ਕਹਾਣੀ ਆ, ਆਪਣੇ ਵਿਊਜ਼ ਹੈ ਜਿਹੜੇ ਉਹ ਮੈਨੂੰ ਲੈਟਰਸ ਦੇ ਥਰੂ ਭੇਜੋ ਅਤੇ ਮੈਂ ਉਹਨਾਂ ਨੂੰ ਤੁਹਾਡੇ ਵਿਚਾਰਾਂ ਨੂੰ ਪਬਲਿਸ਼ ਕਰਾਂਗਾ। ਅਤੇ ਕਈ ਵਾਰ ਇਹ ਹੁੰਦਾ ਸੀਗਾ ਕਿ ਜਿਹੜੇ ਲੋਕ ਆਪਣੇ ਯੂਨੋ ਆਈਡੀਆਜ਼ ਉਹਨੂੰ ਭੇਜਦੇ ਸੀਗੇ ਉਹ ਉਹਦੇ ਆਪਣੇ ਆਈਡੀਆ ਨਾਲ ਮੈਚ ਨਹੀਂ ਕਰਦੇ ਸੀ ਜਾਂ ਉਹਦੇ ਆਪਣੇ ਆਈਡੀਆਜ਼ ਦੇ ਖਿਲਾਫ ਹੁੰਦੇ ਸੀਗੇ, ਪਰ ਫਿਰ ਵੀ ਜੇਮ ਸਿੱਕੀ ਬਹੁਤ ਹੀ ਓਪਨ ਮਾਈਂਡਿਡ ਇਨਸਾਨ ਸੀਗਾ ਅਤੇ ਉਹ ਉਹਨਾਂ ਦੇ ਆਰਟੀਕਲ ਪਬਲਿਸ਼ ਕਰ ਦਿੰਦਾ ਸੀਗਾ, ਹਾਲਾਂਕਿ ਉਹਦੇ ਆਪਣੀ ਸੋਚ ਦੇ ਉਹ ਖਿਲਾਫ ਨੇ, ਕਿਉਂਕਿ ਉਹ ਇਸ ਸਲੋਗਨ ਦੇ ਉੱਪਰ ਨਿਸ਼ਚਿਤ ਸੀਗਾ ਕਿ ਜਿਹੜਾ ਸਾਡਾ ਅਖਬਾਰ ਹੈ ਉਹ ਸਾਰੇ ਪਾਰਟੀਆਂ ਵਾਸਤੇ ਓਪਨ ਹੈ, ਠੀਕ ਹੈ, ਹਰ ਕੋਈ ਬੰਦਾ ਕੋਈ ਵੀ ਆਪਣੀ ਗੱਲ ਐਕਸਪ੍ਰੈਸ ਕਰ ਸਕਦਾ। ਜੇਮ ਸਿੱਕੀ ਬਾਰੇ ਇੱਕ ਗੱਲ ਇਹ ਵੀ ਸੀਗੀ ਕਿ ਜਿੱਥੇ ਉਹਨੇ ਇਹ ਕਿਹਾ ਸੀਗਾ ਕਿ ਜਿਹੜੀ ਵਿਮੈਨ ਹੈ ਉਹਨਾਂ ਨੂੰ ਪਿਓਰ ਹੋਣਾ ਚਾਹੀਦਾ, ਉੱਥੇ ਉਹ ਜਿਹੜੀ ਸੈਕਸ਼ੂਐਲਿਟੀ ਸੀਗੀ ਉਹ ਸੈਕਸ਼ੂਐਲਿਟੀ ਬੋਥ ਮੈਨ ਐਂਡ ਫੀਮੇਲ ਬਾਰੇ ਯੂਨੋ ਖੁੱਲ੍ਹ ਕੇ ਗੱਲ ਕਰਦਾ ਸੀਗਾ। ਇਹ ਚੀਜ਼ਾਂ ਤੁਹਾਨੂੰ ਸ਼ਾਇਦ ਅਨਕੰਫਰਟੇਬਲ ਲੱਗਣ, ਲੇਕਿਨ ਇਹ ਚੀਜ਼ਾਂ ਮੇਰੇ ਖਿਆਲ ਤੋਂ ਜ਼ਰੂਰੀ ਹੈ ਲਿਖਣੀ, ਕਿਉਂਕਿ ਇਹ ਦੱਸਦੀ ਹੈ ਕਿ ਜਿਹੜਾ ਜੇਮ ਸਿੱਕੀ ਸੀਗਾ ਉਹ ਕਿੰਨਾ ਜ਼ਿਆਦਾ ਨੀਡਰ ਸੀਗਾ ਅਤੇ ਵਿਲਿੰਗ ਸੀਗਾ ਜਿਹੜੇ ਟੈਬੂ ਟੋਪਿਕਸ ਹੁੰਦੇ ਆ ਉਹਦੇ ਬਾਰੇ ਖੁੱਲ੍ਹ ਕੇ ਗੱਲ ਕਰਨ ਵਾਸਤੇ ਅਤੇ ਯੂਨੋ ਜਾਗਰੂਕਤਾ ਫੈਲਾਉਣ ਵਾਸਤੇ। ਅਤੇ ਇਹ ਚੀਜ਼ ਵੀ ਜ਼ਰੂਰ ਲਿਖਿਓ ਕਿ ਉਹਨੇ ਕਈ ਚੀਜ਼ਾਂ ਉੱਪਰ ਗੱਲ ਕੀਤੀ ਜਿਵੇਂ ਕਿ ਉਹਨੇ ਫੈਟਿਸ਼ੀਜ਼ ਉੱਪਰ ਗੱਲ ਕੀਤੀ ਅਤੇ ਉਹਨੇ ਜਿਹੜੇ ਸੈਕਸ ਡਿਸਆਰਡਰ ਹੁੰਦੇ ਆ ਉਹਨਾਂ ਬਾਰੇ ਗੱਲ ਕੀਤੀ, ਉਹਨੇ ਫੀਮੇਲ ਮੈਸਟਰਬੇਸ਼ਨ ਬਾਰੇ ਗੱਲ ਕੀਤੀ, ਤਾਂ ਇਹ ਸਭ ਚੀਜ਼ਾਂ ਵੀ ਤੁਸੀਂ ਲਿਖ ਸਕਦੇ ਹੋ ਵਿੱਚ। ਯੂਨੋ ਵਧੀਆ ਇੰਪ੍ਰੈਸ਼ਨ ਪੈਂਦਾ ਕਿ ਬੰਦੇ ਨੇ ਸਟੱਡੀ ਕੀਤੀ ਆ। ਅੱਗੇ ਜਾ ਕੇ ਜਿਹੜਾ ਜੇਮ ਸਿੱਕੀ ਸੀਗੀ ਉਹਨੇ ਜੇਮ ਸਿੱਕੀ ਸੀਗਾ ਮੈਂ ਮਲਵਈ ਭਾਸ਼ਾ ਬੋਲਦਾ ਤਾਂ ਮੈਂ ਸੀਗਾ ਕਹਿੰਦਾ ਰਹਿੰਦਾ ਕਈ ਵਾਰੀ। ਜਿਹੜਾ ਜੇਮ ਸਿੱਕੀ ਸੀ ਤਾਂ ਉਹਦੀ ਇਨਫਲੂਐਂਸ ਨਾ ਵੱਧਦੀ ਜਾ ਰਹੀ ਸੀਗੀ, ਉਹ ਟੈਬੂ ਟੋਪਿਕਸ ਦੇ ਉੱਪਰ ਗੱਲ ਕਰ ਰਿਹਾ ਸੀਗਾ, ਉਹਨੂੰ ਲੋਕ ਵਾਰ ਵਾਰ ਰਿਪਲਾਈ ਭੇਜ ਰਹੇ ਸੀਗੇ, ਉਹ ਓਪਨ ਮਾਈਂਡਿਡ ਸੀਗਾ, ਉਹਨੇ ਪੂਅਰਸ ਬਾਰੇ ਗੱਲ ਕੀਤੀ, ਉਹਨੇ ਯੂਨੋ ਕੰਪੇਅਰ ਕੀਤਾ ਯੂਰੋਪੀਅਨਸ ਅਤੇ ਜਿਹੜੇ ਆਪਣੇ ਇੰਡੀਆ ਦੇ ਲੋਕ ਸੀਗੇ ਉਹਨਾਂ 'ਚ
ਕੰਪੈਰੀਜ਼ਨਸ ਕਰਨੇ ਸ਼ੁਰੂ ਕੀਤੇ, ਚੰਗੀ ਚੀਜ਼ਾਂ ਦੱਸਿਆ, ਬੁਰੀ ਚੀਜ਼ਾਂ ਦੱਸੀਆਂ, ਅਤੇ ਹੁਣ ਉਹਦੀ ਇਨਫਲੂਐਂਸ ਇੰਨੀ ਜ਼ਿਆਦਾ ਵੱਧਦੀ ਜਾ ਰਹੀ ਸੀਗੀ ਕਿ ਉਹ ਉਹਦੇ ਅੰਦਰ ਨੈਤਿਕਤਾ ਦਾ ਬਲ ਆ ਗਿਆ ਸੀਗਾ ਕਿ ਕਿਸੇ ਟਾਈਮ 'ਤੇ ਉਹ ਕਾਨੂੰਨ ਨੂੰ ਵੀ ਟੱਕਰ ਦੇ ਸਕਦਾ ਸੀ। ਇੱਕ ਵਾਰ ਦੀ ਐਵੇਂ ਹੀ ਗੱਲ ਹੋਈ ਸੀ ਕਿ ਦੁਰਘਟਨਾ ਹੋਈ ਸੀ, ਐਟ ਸਮ ਪੁਆਇੰਟ ਸੀ ਵੈਂਟ ਅ ਸਟੈਪ ਫਰਦਰ, ਹਿਜ ਸਪੋਰਟ ਆਫ ਦਾ ਪੂਅਰ ਕੁਡ ਟਰਨ ਇਨ ਟੂ ਕ੍ਰਿਟੀਸਿਜ਼ਮ ਆਫ ਦਾ ਰਿਚ, ਵੈਨ ਵਨ ਬੰਗਾਲੀ ਚੀਫ ਡਰੋਵ ਓਵਰ ਅ ਪੂਅਰ ਮੈਨ ਇਨ ਹਿਸ ਚੈਰੀਅਟ ਐਂਡ ਕਿਲਡ ਹਿਮ ਔਨ ਦਾ ਸਪੋਟ, ਹਿਕੀ ਐਕਸਪੋਜ਼ਡ ਹਾਓ ਦਾ ਚੀਫ ਕਵਰਡ ਅਪ ਦਾ ਮਰਡਰ, ਇਨਸਟੈਡ ਆਫ ਮਰਡਰ ਚਾਰਜਿਸ ਗੋਇੰਗ ਟੂ ਦਾ ਸੁਪਰੀਮ ਕੋਰਟ, ਦਾ ਚੀਫ ਪੇਡ ਆਫ ਦਾ ਡਿਸੀਜ਼ਡ ਵਾਈਫ ਐਂਡ ਚਿਲਡਰਨ ਦੇ ਨੀਡਿਡ ਮਨੀ ਟੂ ਸਰਵਾਈਵ। ਠੀਕ ਹੈ, ਇੱਕ ਅਮੀਰ ਆਦਮੀ ਸੀਗਾ, ਉਹਨੇ ਆਪਣੀ ਚੈਰੀਅਟ ਨਾਲ, ਠੀਕ ਹੈ, ਆਪਣੇ ਵਹੀਕਲ ਨਾਲ ਇੱਕ ਪੂਅਰ ਮੈਨ ਨੂੰ ਮਾਰਤਾ ਸੀਗਾ, ਪਰ ਬਾਅਦ 'ਚ ਫਿਰ ਜਿਹੜਾ ਜੇਮਸ ਹਿਕੀ ਸੀਗਾ ਬਿਨਾਂ ਲੋਅ ਦੀ ਇਨਵੋਲਵਮੈਂਟ ਤੋਂ ਉਹਨੇ ਖਬਰ ਸੁਣੀ ਅਤੇ ਸਿੱਧਾ ਹੀ ਛਾਪਤੀ ਕਿ ਬੰਦੇ ਨੇ ਇਹ ਚੀਜ਼ ਕੀਤੀ ਹੈ, ਅਤੇ ਫਿਰ ਐਕਚੁਅਲੀ ਜਿਹੜਾ ਉਹ ਅਮੀਰ ਬੰਦਾ ਸੀਗਾ ਉਹ ਵੀ ਪਬਲਿਕ ਓਪੀਨੀਅਨ ਦੇ ਡਰ ਦੇ ਮਾਰੇ ਕਿ ਇਹ ਬੰਗਾਲ ਗੈਜ਼ਟ 'ਚ ਛਪਿਆ, ਉਹਨੇ ਸਿੱਧਾ ਹੀ ਜਾ ਕੇ ਜਿਹੜੇ ਪੂਅਰ ਮੈਨ ਦੇ ਜਿਹੜੇ ਵਾਈਫ ਅਤੇ ਚਿਲਡਰਨ ਸੀਗੇ ਉਹਨੂੰ ਪੈਸੇ ਦੇਤੇ ਸੀਗੇ, ਅਤੇ ਦੱਸਦੀ ਹੈ ਕਿ ਕਿਵੇਂ ਉਹਦੀ ਜਿਹੜੀ ਯੂਨੋ ਪਬਲਿਕ ਓਪੀਨੀਅਨ ਸੀ, ਜਿਹੜੀ ਉਹਦੀ ਇਮੇਜ ਸੀ, ਉਹ ਵੱਧਦੀ ਚਲੀ ਜਾ ਰਹੀ ਸੀ ਓਵਰ ਟਾਈਮ। ਜਦ ਜੇਮਸ ਹਿਕੀ ਨੇ ਦੇਖਿਆ ਕਿ ਉਹਦੀ ਇਨਫਲੂਐਂਸ ਕਿੰਨੀ ਜ਼ਿਆਦਾ ਵੱਧ ਗਈ ਆ, ਉਸ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਸਿੰਪਲ ਸ਼ਬਦਾਂ 'ਚ ਕਿ ਜੇਮਸ ਹਿਕੀ ਨੇ ਅਸਲੀ ਗਾਹ ਪਾਉਣਾ ਸ਼ੁਰੂ ਕੀਤਾ, ਕਿ ਜਦ ਉਹਨੇ ਦੇਖਿਆ ਕਿ ਮੇਰੀ ਉਹਦੀ ਇਨਫਲੂਐਂਸ ਇੰਨੀ ਜ਼ਿਆਦਾ ਹੋ ਰਹੀ ਆ, ਫਿਰ ਉਹ ਐਵੈਂਚੁਅਲੀ ਜਿਹੜੀ ਪੋਲੀਟੀਕਲ ਸੀਨ ਸੀਗਾ ਉਸ ਉਹਦੇ ਤਰਫ ਮੁੜ ਗਿਆ, ਅਤੇ ਉਹਨੇ ਆਪਣੇ ਮਾਸਟ ਹੈੱਡ ਦੇ ਨਿਊਜ਼ਪੇਪਰ ਦੇ ਮਾਸਟ ਹੈੱਡ 'ਚ ਇਹ ਚੀਜ਼ ਲਿਖੀ, ਜਿਸ 'ਚ ਉਹਨੇ ਕਿਹਾ ਸੀਗਾ ਓਪਨ ਟੂ ਆਲ ਪਾਰਟੀਜ਼ ਬਟ ਇਨਫਲੂਐਂਸਡ ਬਾਏ ਨਨ। ਠੀਕ ਹੈ, ਇਹ ਜਿਹੜਾ ਉਹ ਸੀਗਾ ਸਲੋਗਨ ਸੀਗਾ, ਇਹਦਾ ਮਤਲਬ ਸੀਗਾ ਕਿ ਹੁਣ ਜਿਹੜਾ ਬੰਗਾਲ ਗੈਜ਼ਟ ਹੈ ਇਟ ਇਜ਼ ਓਪਨ ਟੂ ਮੋਰ ਕੋਂਟਰੋਵਰਸ਼ੀਅਲ ਟੋਪਿਕਸ। ਠੀਕ ਹੈ, ਹੋਰ ਕੋਂਟਰੋਵਰਸ਼ੀਅਲ ਟੋਪਿਕਸ ਬਾਰੇ ਹੁਣ ਗੱਲ ਕੀਤੀ ਜਾਏਗੀ, ਅਤੇ ਇਹ ਇੰਡੀਕੇਸ਼ਨ ਸੀਗੀ ਕਿ ਮੈਂ ਹੁਣ ਆਪਣੀ ਯੂਨੋ ਆਈ ਐਮ ਓਨਿੰਗ ਮਾਈ ਇੰਡੀਪੈਂਡੈਂਸ, ਉਹ ਦਿਖਾਉਣਾ ਚਾਹੁੰਦਾ ਸੀ ਕਿ ਮੈਂ ਹੁਣ ਪੂਰੀ ਤਰ੍ਹਾਂ ਦੀ ਇੰਡੀਪੈਂਡੈਂਟ ਹੋ ਗਿਆ, ਮੈਂ ਕਿਸੇ ਤੋਂ ਡਰਦਾ ਨਹੀਂ ਹੈਗਾ, ਅਤੇ ਮੈਂ ਹੁਣ ਹੋਰ ਵੱਡੇ ਵੱਡੇ ਜਿਹੜੇ ਟੋਪਿਕ ਆ ਉਹ ਛੇੜਾਂਗਾ ਆਪਣੇ ਨਿਊਜ਼ਪੇਪਰ ਦੇ ਥਰੂ। ਜਿਹੜਾ ਹਿੱਕੀ ਸੀਗਾ ਉਹ ਹੋਰ ਆਪਣੇ ਵਿਚਾਰਾਂ ਨਾਲ ਖੁੱਲ੍ਹ ਗਿਆ ਸੀਗਾ, ਅਤੇ ਉਹਨੇ ਹੋਰ ਜਿਹੜੇ ਵੱਡੇ ਵੱਡੇ ਟੋਪਿਕਸ ਜਿਵੇਂ ਮੈਂ ਕਿਹਾ ਚੱਕਣੇ ਸ਼ੁਰੂ ਕੀਤੇ, ਅਤੇ ਉਹਨੇ ਇਸ ਚੀਜ਼ ਦੇ ਉੱਪਰ ਵੀ ਗੱਲ ਸ਼ੁਰੂ ਕੀਤੀ ਕਿ ਕੰਪਨੀ 'ਚ ਜਿਹੜੀ ਕਰਪਸ਼ਨ ਹੈ ਉਹਦੇ ਬਾਰੇ ਗੱਲ ਕੀਤੀ, ਉਹਨੂੰ ਕ੍ਰਿਟੀਸਾਈਜ਼ ਕਰਨਾ ਸ਼ੁਰੂ ਕੀਤਾ। ਅਗੇਨ ਕੰਪਨੀ ਦਾ ਮਤਲਬ ਹੈ ਬ੍ਰਿਟਿਸ਼ ਈਸਟ ਇੰਡੀਆ ਕੰਪਨੀ, ਉਸ ਕੰਪਨੀ ਦੀ ਗੱਲ ਹੋ ਰਹੀ ਹੈ, ਕੋਈ ਕੰਪਨੀ ਜਿਵੇਂ ਐਪਲ ਦੀ ਕੰਪਨੀ ਨਹੀਂ ਹੈਗੀ ਉਰੇ। ਠੀਕ ਹੈ, ਅਤੇ ਪਰ ਉਸ 'ਚ ਵੀ ਇਹਦਾ ਦਿਮਾਗ ਤੇਜ਼ ਸੀਗਾ, ਇਹਨੂੰ ਪਤਾ ਸੀਗਾ ਕਿ ਜੇ ਇਹ ਹਰ ਕਿਸੇ ਨੂੰ ਕ੍ਰਿਟੀਸਾਈਜ਼ ਨਹੀਂ ਕਰਦਾ ਸੀਗਾ, ਇਹ ਸਿਰਫ ਉਹਨ ਲੋਕਾਂ ਨੂੰ ਕ੍ਰਿਟੀਸਾਈਜ਼ ਕਰ ਰਿਹਾ ਸੀਗਾ ਜੋ ਕਿ ਕੈਲਕਤਾ ਤੋਂ ਦੂਰ ਸੀਗੇ। ਠੀਕ ਹੈ, ਕਿਸੇ ਦੇ ਪਾਸ ਵਾਲੇ ਬੰਦੇ ਨੂੰ ਕਰੇਗਾ ਤਾਂ ਓਬਵੀਅਸਲੀ ਉਹ ਪ੍ਰੋਬਲਮ 'ਚ ਆ ਸਕਦਾ ਸੀਗਾ, ਇਸ ਕਰਕੇ ਬੜਾ ਤੇਜ਼ ਦਿਮਾਗ ਸੀਗਾ ਉਹਦਾ। ਉਹ ਦੂਰ ਦੂਰ ਦੇ ਜਿਹੜੇ ਦੇਸ਼ ਭਰ ਦੇ ਲੋਕ ਕਰਪਸ਼ਨ ਕਰ ਰਹੇ ਸੀਗੇ, ਉੱਥੇ ਉੱਥੇ ਉਹਨਾਂ ਦੇ ਪੱਤੇ ਕੱਟ ਰਿਹਾ ਸੀਗਾ। ਮਤਲਬ ਇਹ ਮੈਂ ਇਸ ਤਰ੍ਹਾਂ ਦੀ ਲੈਂਗੁਏਜ ਇਸ ਕਰਕੇ ਇਸਤੇਮਾਲ ਕਰ ਰਿਹਾ ਕਿ ਤੁਸੀਂ ਸਮਝ ਸਕੋ ਕਿ ਉਸ ਲੈਵਲ 'ਤੇ ਉਸ ਜ਼ਮਾਨੇ 'ਤੇ ਉਹ ਬੰਦੇ ਦੀ ਰੈਪੂਟੇਸ਼ਨ ਕੈਸੀ ਬਣ ਗਈ ਸੀਗੀ ਕਿ ਉਹ ਇਕੱਲਾ ਹੀ ਬੰਦਾ ਉਹਨੂੰ ਪੇਪਰ ਲਿਖ ਲਿਖ ਕੇ ਸਾਰਿਆਂ ਦੀ ਮਤਲਬ ਇੱਕ ਕਰ ਰਿਹਾ ਸੀਗਾ, ਸਮਝ ਲਓ। ਮੋਰ ਓਵਰ ਹੁਣ ਹਿੱਕੀ ਨੇ ਜਿਹੜਾ ਮਿਲਟਰੀ ਸਿਸਟਮ ਸੀਗਾ ਉਹਨੂੰ ਵੀ ਕ੍ਰਿਟੀਸਾਈਜ਼ ਕਰਨਾ ਸ਼ੁਰੂ ਕਰਤਾ ਸੀਗਾ ਕਿ ਇੱਕ ਕੈਡਿਟ ਨੂੰ ਪ੍ਰਮੋਟ ਹੁੰਦਿਆਂ ਹੁੰਦਿਆਂ ਘੱਟੋ ਘੱਟ 10 ਸਾਲ ਲੱਗ ਜਾਂਦੇ ਆ, ਅਤੇ ਉਹਨੇ ਇਹ ਚੀਜ਼ਾਂ ਦਾ ਪਰਦਾਫਾਸ਼ ਕੀਤਾ ਕਿ ਕਿਵੇਂ ਜਿਹੜੇ ਦੁਨੀਆ ਦੇ ਸਿਸਟਮ ਹੈ ਉਸ 'ਚ ਲੋਕ ਫੈਮਿਲੀ ਕਨੈਕਸ਼ਨਸ ਦੇ ਥਰੂ, ਕਿਨਸ਼ਿਪ ਅਤੇ ਪੈਸੇ ਦੇ ਥਰੂ ਆਪਣੀ ਜਗ੍ਹਾ ਬਣਾ ਕੇ ਬੈਠੇ ਹਾਂ, ਅਤੇ ਜਿਹੜੇ ਐਕਚੁਅਲੀ ਜਿਨ੍ਹਾਂ ਕੋਲ ਅਬਿਲਿਟੀਜ਼ ਆ ਉਹਨਾਂ ਨੂੰ ਮੌਕਾ ਨਹੀਂ ਮਿਲ ਰਿਹਾ ਹੈਗਾ ਅੱਗੇ ਆਉਣ ਦਾ। ਅਤੇ ਮੇਰੇ ਖਿਆਲ ਤੋਂ ਇੰਨਾ ਕਾਫੀ ਹੈ ਹਜੇ ਵਾਸਤੇ, ਕਾਫੀ ਕੁਛ ਕਵਰ ਕਰ ਚੁੱਕੇ ਹਾਂ ਆਪਾਂ, ਅਤੇ ਇਹਦੇ ਨਾਲ ਪਤਾ ਲੱਗਦਾ ਕਿ ਜਿਹੜਾ ਪਹਿਲਾ ਨਿਊਜ਼ਪੇਪਰ ਸਟਾਰਟ ਕੀਤਾ ਸੀਗਾ ਜੇਮਸ ਹਿੱਕੀ ਨੇ, ਉਸ ਬੰਦੇ ਦਾ ਕਿੱਡਾ ਬੜਾ ਇਨਫਲੂਐਂਸ ਸੀਗਾ ਪੂਰੇ ਵਰਲਡ ਦੇ ਉੱਪਰ, ਅਤੇ ਉਹਨੇ ਕਿੰਨਾ ਜ਼ਿਆਦਾ ਇੰਪੈਕਟ ਪਾਇਆ, ਅਤੇ ਇਕੱਲਾ ਬੰਦਾ ਕਿਵੇਂ ਨੈਤਿਕਤਾ ਦੇ ਬਲ ਨਾਲ ਕਿੰਨਾ ਕੁਛ ਇਨਫਲੂਐਂਸ ਕਰ ਸਕਦਾ ਜਦਕਿ ਉਹਦੇ ਕੋਲ ਕੋਈ ਵੀ ਲੀਗਲ ਪਾਵਰ ਵੀ ਨਹੀਂ ਹੈਗੀ। ਤਾਂ ਇਹ ਚੀਜ਼ਾਂ ਇਸ 'ਚ ਕਵਰਡ ਸੀਗੀਆਂ। ਐਂਡ 'ਚ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਆਂਸਰ ਹੁੰਦਾ ਉਹਨੂੰ ਕਿਵੇਂ ਖਤਮ ਕਰਨਾ ਹੁੰਦਾ, ਤੁਸੀਂ ਉਹਦੀ ਐਂਡਿੰਗ ਖੁਦ ਲਿਖ ਸਕਦੇ ਹੋ। ਥੈਂਕ ਯੂ, ਬਾਏ ਬਾਏ।